ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਆਪਾਂ ਦੇਖਾਂਗੇ ਇੰਡੀਅਨ ਨੋਬਲ ਲੋਰੇਟਸ, ਜਿਨ੍ਹਾਂ ਨੂੰ ਉਹ ਭਾਰਤੀ ਜਿਹੜੇ ਜਿਨ੍ਹਾਂ ਨੂੰ ਨੋਬਲ ਪ੍ਰਾਈਜ਼ ਮਿਲਿਆ ਹੋਇਆ। ਠੀਕ ਹੈ, ਭਾਰਤੀ ਪੂਰੇ ਭਾਰਤੀ ਵੀ ਹੋ ਸਕਦੇ ਨੇ ਜਾਂ ਭਾਰਤ ਓਰੀਜਨ ਦੇ ਹੋ ਸਕਦੇ ਨੇ। ਠੀਕ ਹੈ, ਟੋਟਲ ਇਸ ਸਾਲ 13 ਬਣ ਗਏ ਨੇ। ਠੀਕ ਹੈ, ਮਤਲਬ ਕੁੱਲ ਮਿਲਾ ਕੇ 13 ਭਾਰਤੀ ਨੇ, 5 ਇੰਡੀਅਨ ਸਿਟੀਜ਼ਨ ਨੇ। ਠੀਕ ਹੈ, ਪੱਕੇ 8 ਇੰਡੀਅਨ ਓਰੀਜਨ ਨੇ। ਠੀਕ ਹੈ, ਮਤਲਬ ਇੰਡੀਅਨ ਅਮੈਰੀਕਨ ਜਿਵੇਂ ਬੋਲਦੇ ਨੇ ਉਸ ਤਰ੍ਹਾਂ। ਠੀਕ ਹੈ, ਜਿਵੇਂ ਇਸ ਸਾਲ ਆਪਣੇ ਅਭਿਜੀਤ ਬੈਨਰਜੀ ਨੂੰ ਮਿਲਿਆ। ਠੀਕ ਹੈ, ਇਕਨੋਮਿਕਸ 'ਚ। ਠੀਕ ਹੈ, ਉਹ ਇੰਡੀਅਨ ਅਮੈਰੀਕਨ ਨੇ। ਠੀਕ ਹੈ, ਦੀ ਫਸਟ ਪਰਸਨ ਆਫ ਇੰਡੀਅਨ ਓਰੀਜਨ ਐਂਡ ਆਲਸੋ ਫਸਟ ਏਸ਼ੀਅਨ ਟੂ ਬੀ ਅਵਾਰਡਡ ਦੀ ਨੋਬਲ ਪ੍ਰਾਈਜ਼ ਵਾਸ ਰਬਿੰਦਰਨਾਥ ਟੈਗੋਰ ਫੋਰ ਇਸ ਵਰਕਸ ਗੀਤਾਂਜਲੀ ਇਨ 1913। ਜਿਹੜੇ ਪਹਿਲੇ ਭਾਰਤੀ ਨੇ, ਠੀਕ ਹੈ, ਇੰਡੀਅਨ ਓਰੀਜਨ ਦੇ, ਠੀਕ ਹੈ, ਜਾਂ ਫਸਟ ਏਸ਼ੀਅਨ ਨੇ ਜਿਨ੍ਹਾਂ ਨੂੰ ਨੋਬਲ ਪ੍ਰਾਈਜ਼ ਮਿਲਿਆ, ਉਹ ਕੌਣ ਨੇ? ਰਬਿੰਦਰਨਾਥ ਟੈਗੋਰ ਜੀ। ਠੀਕ ਹੈ, ਇਹਨਾਂ ਨੂੰ ਕਿਸ ਲਈ ਮਿਲਿਆ? ਗੀਤਾਂਜਲੀ ਨੋਵਲ ਲਈ ਮਿਲਿਆ 1913 'ਚ। ਠੀਕ ਹੈ, ਅਤੇ ਫਿਜਿਕਸ 'ਚ ਕਿਹਨੂੰ ਮਿਲਿਆ? ਠੀਕ ਹੈ, ਉਹ ਸੀ ਵੀ ਰਮਨ ਨੂੰ ਮਿਲਿਆ। ਠੀਕ ਹੈ, ਫੋਰ ਸਕੈਟਰਿੰਗ ਆਫ ਲਾਈਟ ਐਂਡ ਫੋਰ ਡਿਸਕਵਰੀ ਆਫ ਇਫੈਕਟ। ਠੀਕ ਹੈ, ਨੇਮਡ ਆਫਟਰ ਹਿਮ, ਰਮਨ ਇਫੈਕਟ। ਠੀਕ ਹੈ, ਸਕੈਟਰਿੰਗ ਆਫ ਲਾਈਟ ਲਈ ਮਿਲਿਆ 1930 'ਚ। ਠੀਕ ਹੈ, ਇਸੇ ਕਰਕੇ ਨੈਸ਼ਨਲ ਸਾਇੰਸ ਡੇ ਵੀ ਮਨਾਇਆ ਜਾਂਦਾ 28 ਫਰਵਰੀ ਨੂੰ। ਠੀਕ ਹੈ, ਹੁਣ ਦੇਖਦੇ ਹਾਂ ਅੱਗੇ। ਪੀਸ ਲਈ ਕਿਹਨੂੰ ਮਿਲਿਆ? ਮਦਰ ਟੈਰੇਸਾ ਨੂੰ, ਕਦ? 1979 'ਚ। ਠੀਕ ਹੈ, ਇਕੱਲੀ ਵੂਮੈਨ ਨੇ, ਠੀਕ ਹੈ, ਫਰੋਮ ਇੰਡੀਆ ਜਿਨ੍ਹਾਂ ਨੂੰ ਨੋਬਲ ਪ੍ਰਾਈਜ਼ ਮਿਲਿਆ ਹੈ। ਠੀਕ ਹੈ, ਅਤੇ ਮਦਰ ਟੈਰੇਸਾ ਕਿੱਥੋਂ ਦੀ ਨੇ? ਠੀਕ ਹੈ, ਇਹ ਕੁਸ਼ਚਨ ਇੱਕ ਵਾਰ ਪੇਪਰ 'ਚ ਪੁੱਛਿਆ ਗਿਆ ਸੀ ਪੰਜਾਬ ਦੇ, ਇਹ ਅਲਬੀਨੀਆ ਤੋਂ ਨੇ। ਠੀਕ ਹੈ, ਯਾਦ ਰੱਖੀ। ਫਸਟ ਇੰਡੀਅਨ ਰਿਸੀਪੀਐਂਟ ਆਫ ਨੋਬਲ ਪ੍ਰਾਈਜ਼ ਇਨ ਇਕਨੋਮਿਕਸ, ਇਹ ਕੌਣ ਨੇ? ਅਮ੍ਰਿਤਿਆ ਸੇਨ। ਠੀਕ ਹੈ, 1998 'ਚ। ਅਤੇ ਫਿਜੀਓਲੋਜੀ ਜਾਂ ਮੈਡੀਸਨ 'ਚ ਕਿਹਨੂੰ ਮਿਲਿਆ? ਹਰਗੋਬਿੰਦ ਖੁਰਾਨਾ। ਇਹ ਪੰਜਾਬ ਦੇ ਪੇਪਰਾਂ 'ਚ ਖਾਸ ਕਰਕੇ ਪੁੱਛੇ ਜਾਂਦੇ ਕੁਸ਼ਚਨ ਫਿਜੀਓਲੋਜੀ ਜਾਂ ਮੈਡੀਸਨ 'ਚ, ਇਹ ਹਰਗੋਬਿੰਦ ਖੁਰਾਨਾ ਨੇ। ਠੀਕ ਹੈ, ਫੋਰ ਇੰਟਰਪ੍ਰੀਟੇਸ਼ਨ ਆਫ ਦੀ ਜੈਨੇਟਿਕ ਕੋਡ ਐਂਡ ਇਟਸ ਫੰਕਸ਼ਨ ਇਨ ਪ੍ਰੋਟੀਨ ਸਿੰਥੇਸਿਸ। ਠੀਕ ਹੈ, ਜੈਨੇਟਿਕ ਕੋਡ ਦੀ ਜਿਹੜੀ ਇੰਟਰਪ੍ਰੀਟੇਸ਼ਨ ਹੁੰਦੀ ਹੈ ਜਾਂ ਪ੍ਰੋਟੀਨ ਸਿੰਥੇਸਿਸ ਵਗੈਰਾ ਦੇ ਫੰਕਸ਼ਨ ਹੁੰਦੇ ਨੇ, ਉਸ ਲਈ ਮਿਲਿਆ 1968 'ਚ। ਠੀਕ ਹੈ, ਯਾਦ ਰੱਖਣਾ 1968 'ਚ। ਠੀਕ ਹੈ, ਕੈਮਿਸਟਰੀ 'ਚ ਕਿਹਨੂੰ ਮਿਲਿਆ? ਵੈਂਕਟ ਰਮਨ ਰਾਮਾਕ੍ਰਿਸ਼ਨਨ। ਫੋਰ ਸਟੱਡੀਜ਼ ਆਫ ਦੀ ਸਟਰਕਚਰ ਐਂਡ ਫੰਕਸ਼ਨ ਆਫ ਦੀ ਰਾਈਬੋਸੋਮ ਇਨ 2009। ਠੀਕ ਹੈ, ਰਾਈਬੋਸੋਮ ਦੀ ਸਟੱਡੀ ਵਗੈਰਾ ਲਈ ਇਹਨਾਂ ਨੂੰ ਮਿਲਿਆ 2009 'ਚ। ਠੀਕ ਹੈ, ਓਨਲੀ ਵੂਮੈਨ ਫਰੋਮ ਇੰਡੀਆ ਇਨ ਦੀ ਲਿਸਟ ਆਫ ਨੋਬਲ ਪ੍ਰਾਈਜ਼ ਰਿਸੀਪੀਐਂਟ, ਜੇ ਪੁੱਛਿਆ ਜਾਵੇ ਇਹਦਾ ਆਂਸਰ ਕੀ ਹੋਊਗਾ? ਮਦਰ ਟੈਰੇਸਾ। ਠੀਕ ਹੈ, ਇਹ ਕੁਸ਼ਚਨ ਨੇ ਕੁਛ। ਠੀਕ ਹੈ, ਹੂ ਵਾਜ ਦੀ ਫਸਟ ਨੋਬਲ ਪ੍ਰਾਈਜ਼ ਵਿਨਰ ਫਰੋਮ ਇੰਡੀਆ? ਰਬਿੰਦਰਨਾਥ ਟੈਗੋਰ। ਠੀਕ ਹੈ, ਹੂ ਫਰੋਮ ਦੀ ਫੋਲੋਇੰਗ ਇਜ਼ ਇਨ ਅਵਾਰਡੀ ਫੋਰ ਬੋਥ ਨੋਬਲ ਪ੍ਰਾਈਜ਼ ਐਂਡ ਭਾਰਤ ਰਤਨ? ਇਹਦਾ ਨਾਮ ਕੀ ਹੈ? ਮਦਰ ਟੈਰੇਸਾ। ਮਦਰ ਟੈਰੇਸਾ ਨੂੰ ਨੋਬਲ ਪ੍ਰਾਈਜ਼ ਵੀ ਮਿਲਿਆ ਹੋਇਆ ਅਤੇ ਭਾਰਤ ਰਤਨ ਵੀ ਮਿਲਿਆ ਹੋਇਆ, ਅਤੇ ਇਹਦੇ ਨਾਲ ਹੀ, ਠੀਕ ਹੈ, ਬਾਕੀ ਆਪਸ਼ਨ ਵੀ ਨੇ। ਠੀਕ ਹੈ, ਏ ਸੀ ਵੀ ਰਮਨ ਨੂੰ ਵੀ ਮਿਲਿਆ ਹੋਇਆ। ਠੀਕ ਹੈ, ਅਤੇ ਬੀ ਰਬਿੰਦਰਨਾਥ ਟੈਗੋਰ ਜੀ ਨੂੰ ਵੀ ਮਿਲਿਆ ਹੋਇਆ ਹੈ। ਠੀਕ ਹੈ, ਮਦਰ ਟੈਰੇਸਾ ਦਾ ਤੁਸੀਂ ਪੱਕਾ ਯਾਦ ਰੱਖਣਾ। ਠੀਕ ਹੈ, ਹਾਇਸਟ ਸਿਵਿਲੀਅਨ ਅਵਾਰਡ ਗਿਣਿਆ ਜਾਂਦਾ ਭਾਰਤ ਰਤਨ। ਠੀਕ ਹੈ, ਅਤੇ ਹੁਣ ਆਪਾਂ ਦੇਖਦੇ ਅੱਗੇ। ਵਨ ਇਨ ਸਾਇੰਸ ਇਨ ਟੂ ਡਿਫਰੈਂਟ ਡਿਸਿਪਲੀਨ। ਠੀਕ ਹੈ, ਰੇਡੀਓ ਐਕਟੀਵਿਟੀ ਲਈ ਕਿਹਨੂੰ ਮਿਲਿਆ? ਰੇਡੀਅਮ ਅਤੇ ਪੋਲੀਨੀਅਮ ਹੁੰਦੇ ਨੇ ਰੇਡੀਓ ਐਕਟਿਵ ਮਟੀਰੀਅਲ, ਉਸ ਲਈ ਮਿਲਿਆ ਮੈਡਮ ਕਿਊਰੀ ਨੂੰ। ਠੀਕ ਹੈ, ਅਤੇ ਲਿਨਸ ਪੋਲਿੰਗ ਨੂੰ। ਠੀਕ ਹੈ, ਜਿਹੜੇ ਆਪਣੇ ਕਹਿੰਦੇ ਮੈਡਮ ਕਿਊਰੀ ਨੇ, ਇਹਨਾਂ ਨੂੰ ਦੋ ਚੀਜ਼ਾਂ 'ਚ ਮਿਲਿਆ ਹੋਇਆ, 1903 'ਚ ਫਿਜਿਕਸ 'ਚ ਮਿਲਿਆ ਅਤੇ 1911 'ਚ ਕੈਮਿਸਟਰੀ 'ਚ ਮਿਲਿਆ ਹੋਇਆ। ਠੀਕ ਹੈ, ਇੱਦਾਂ ਹੀ, ਠੀਕ ਹੈ, ਆਪਣੇ ਲਿਨਸ ਪੋਲਿੰਗ ਨੇ, ਉਹਨਾਂ ਨੂੰ ਕੈਮਿਸਟਰੀ 1954 'ਚ ਮਿਲਿਆ, 1962 'ਚ ਪੀਸ 'ਚ ਮਿਲਿਆ ਹੋਇਆ। ਠੀਕ ਹੈ, ਵਨ ਇਨ ਸਾਇੰਸ ਇਨ ਟੂ ਡਿਫਰੈਂਟ ਡਿਸਿਪਲੀਨਸ, ਇਹ ਇੰਪੋਰਟੈਂਟ ਕੁਸ਼ਚਨ ਬਣਦਾ, ਖਾਸ ਕਰਕੇ ਜਿਹੜਾ ਪਹਿਲਾ ਹੈ ਨਾ ਮੈਡਮ ਕਿਊਰੀ ਦਾ, ਉਹ ਪੱਕਾ ਪੁੱਛਿਆ ਜਾਂਦਾ ਹੈ ਪੇਪਰ 'ਚ। ਠੀਕ ਹੈ, ਫਿਜਿਕਸ 'ਚ ਅਤੇ ਕੈਮਿਸਟਰੀ 'ਚ ਮਿਲਿਆ 1903, 1911, ਅਤੇ ਲਿਨਸ ਪੋਲਿੰਗ ਦਾ 1954 ਅਤੇ 1962। ਠੀਕ ਹੈ, ਇਹ ਫਿਰ ਆਪਾਂ ਦੇਖਦੇ ਅੱਗੇ ਲਿਟਰੇਚਰ 'ਚ। 1913 'ਚ ਤੁਹਾਨੂੰ ਦੱਸਿਆ ਹੋਇਆ ਰਬਿੰਦਰਨਾਥ ਟੈਗੋਰ, ਕਿਹਦੇ ਲਈ? ਗੀਤਾਂਜਲੀ ਨੋਵਲ ਲਈ। ਫਿਜਿਕਸ 'ਚ ਸੀ ਵੀ ਰਮਨ, ਕਿਹੜੀ ਡੇਟ? 28 ਫਰਵਰੀ। ਇਹ ਮੈਡੀਸਨ 1968 ਤੁਹਾਨੂੰ ਦੱਸਿਆ ਹਰਗੋਬਿੰਦ ਖੁਰਾਨਾ, ਠੀਕ ਹੈ, ਇੰਡੀਅਨ ਅਮੈਰੀਕਨ ਸੀਗੇ। ਠੀਕ ਹੈ, ਪੀਸ ਲਈ ਕਿਹਨੂੰ ਮਿਲਿਆ ਹੈ? ਮਦਰ ਟੈਰੇਸਾ, ਇਹਨੂੰ ਆਪਣੇ ਉਹ ਵੀ ਮਿਲਿਆ ਹੈ ਭਾਰਤ ਰਤਨ। ਠੀਕ ਹੈ, ਸੀਵੀ ਰਮਨ ਨੂੰ ਵੀ ਭਾਰਤ ਰਤਨ ਮਿਲਿਆ, ਰਬਿੰਦਰਨਾਥ ਟੈਗੋਰ ਨੂੰ ਵੀ। ਠੀਕ ਹੈ, ਇਹ ਮਦਰ ਟੈਰੇਸਾ ਕਿੱਥੋਂ ਦੇ ਜੰਮੇ ਹੋਏ ਨੇ? ਆਪਣੇ ਅਲਬੀਨੀਆ, ਤੁਸੀਂ ਯਾਦ ਰੱਖਿਓ ਬਸ ਵਰਡ ਜਿਹੜਾ ਪੇਪਰ 'ਚ ਪਹਿਲਾਂ ਪੁੱਛਿਆ ਗਿਆ, ਅਲਬੀਨੀਆ। ਠੀਕ ਹੈ, ਫਿਜਿਕਸ 'ਚ ਕਿਹਨੂੰ ਮਿਲਿਆ ਹੈ? 1983 'ਚ ਸੁਬਰਾਮਨੀਅਮ ਚੰਦਰਸ਼ੇਖਰ। ਇਕਨੋਮਿਕਸ 'ਚ ਮਿਲਿਆ ਹੈ ਅਮ੍ਰਿਤਿਆ ਸੇਨ ਨੂੰ 1998 'ਚ, ਪਹਿਲੇ ਨੇ ਇਹ। ਠੀਕ ਹੈ, ਕੈਮਿਸਟਰੀ 'ਚ ਕਿਹਨੂੰ ਮਿਲਿਆ? ਵੈਂਕਟ ਰਮਨ ਰਾਮਾਕ੍ਰਿਸ਼ਨਨ, ਇਹ ਵੀ ਪਹਿਲੇ ਨੇ। ਪੀਸ 'ਚ ਕਿਹਨੂੰ ਮਿਲਿਆ? ਕੈਲਾਸ਼ ਸਥਿਆਰਥੀ, 2014 'ਚ ਮਿਲਿਆ ਸੀ ਨਾ ਉਹਨਾਂ ਨਾਲ, ਮਲਾਲਾ ਯੂਸਫ ਨਾਲ ਸਾਂਝਾ। ਠੀਕ ਹੈ, ਅਤੇ ਇਕਨੋਮਿਕਸ 'ਚ ਇਸ ਸਾਲ 2019 'ਚ ਕਿਹਨੂੰ ਮਿਲਿਆ? ਅਭਿਜੀਤ ਮੁਖਰਜੀ ਬੈਨਰਜੀ ਨੂੰ। ਠੀਕ ਹੈ,
ਚਲੋ ਫਿਰ ਦੋਸਤੋ ਹੁਣ ਆਪਾਂ ਦੇਖ ਲੈਂਦੇ ਜੋ ਬਾਕੀ ਮਟੀਰੀਅਲ ਬਚ ਗਿਆ ਸੀ ਠੀਕ ਹੈ ਨੋਬਲ ਪ੍ਰਾਈਜ਼ ਕਦੇ ਦਿੱਤਾ ਜਾਂਦਾ 10th ਆਫ ਦਸੰਬਰ ਨੂੰ ਐਵਰੀ ਈਅਰ ਠੀਕ ਹੈ ਆਹ ਤੁਹਾਨੂੰ ਮੈਂ ਅਪਡੇਟ ਕਰਵਾ ਚੁੱਕਾ ਪਹਿਲਾਂ 12 ਹੁੰਦੇ ਸੀ ਹੁਣ 13 ਹੋ ਗਏ ਨੇ ਉਹ ਦੱਸ ਚੁੱਕਾ ਮੈਂ ਤੁਹਾਨੂੰ ਸਭ ਠੀਕ ਹੈ ਐਨੂਅਲ ਅਵਾਰਡਸ ਕਿੰਨੇ ਫੀਲਡ 'ਚ ਦਿੱਤੇ ਜਾਂਦੇ ਟੋਟਲ 6 ਠੀਕ ਹੈ ਫਿਜਿਕਸ ਕੈਮਿਸਟਰੀ ਫਿਜ਼ੀਓਲੋਜੀ ਜਾਂ ਮੈਡੀਸਿਨ ਲਿਟਰੇਚਰ ਪੀਸ ਇਕਨੋਮਿਕਸ ਠੀਕ ਹੈ ਫਸਟ ਕਦ ਇਸਟੈਬਲਿਸ਼ ਹੋਇਆ ਇਹ 1895 'ਚ ਹੋਇਆ ਐਟ ਦੀ ਵਿਲ ਆਫ ਸਵੀਡਿਸ਼ ਇਨਵੈਂਟਰ ਸਵੀਡਿਸ਼ ਦੇ ਸੀਗੇ ਐਲਫਰਡ ਨੋਬਲ ਜਿਹਨਾਂ ਐਲਫਰਡ ਨੋਬਲ ਕੌਣ ਸੀ ਇਨਵੈਂਟਰ ਆਫ ਡਾਇਨਾਮਾਈਟ ਠੀਕ ਹੈ 1895 'ਚ ਇਹ ਇਸਟੈਬਲਿਸ਼ ਹੋਇਆ ਠੀਕ ਹੈ ਕਿਹਨਾਂ ਦੇ ਨਾਮ ਤੋਂ ਐਲਫਰਡ ਨੋਬਲ ਦੀ ਵਿਲ ਤੋਂ ਇਸਟੈਬਲਿਸ਼ ਹੋਇਆ ਠੀਕ ਹੈ ਇਨਵੈਂਟਰ ਆਫ ਡਾਇਨਾਮਾਈਟ ਸੀਗੇ ਆਲ ਦੀ ਪ੍ਰਾਈਜ਼ ਐਕਸੈਪਟ ਪੀਸ ਪ੍ਰਾਈਜ਼ ਠੀਕ ਹੈ ਸਾਰੇ ਪ੍ਰਾਈਜ਼ ਸਵਾਏ ਪੀਸ ਪ੍ਰਾਈਜ਼ ਤੋਂ ਸਟੋਕਹੋਮ ਸਵੀਡਨ 'ਚ ਦਿੱਤੇ ਜਾਂਦੇ ਨੇ ਪਰ ਜਿਹੜਾ ਪੀਸ ਪ੍ਰਾਈਜ਼ ਹੈ ਉਹ ਓਸਲੋ ਨੋਰਵੇ 'ਚ ਦਿੱਤੇ ਜਾਂਦੇ ਠੀਕ ਹੈ ਨੋਰਵੇ 'ਚ ਇਹ ਤੁਸੀਂ ਪੁਆਇੰਟ ਯਾਦ ਰੱਖਣਾ ਇੰਪੋਰਟੈਂਟ ਹੈ ਨੋਟ ਦੀ ਪ੍ਰਾਈਜ਼ ਇਜ਼ ਨੋਟ ਅਵਾਰਡਡ ਪੋਸਟਹਿਊਮਸਲੀ ਠੀਕ ਹੈ ਇਹ ਨਹੀਂ ਪੋਸਟਹਿਊਮਸਲੀ ਨਹੀਂ ਅਵਾਰਡ ਹੁੰਦਾ ਨੋਬਲ ਪ੍ਰਾਈਜ਼ ਇਨ ਫਿਜ਼ਿਕਸ ਕੈਮਿਸਟਰੀ ਇਕਨੋਮਿਕਸ ਐਂਡ ਸਾਇੰਸ ਪ੍ਰਜੈਂਟਡ ਬਾਈ ਰੋਇਲ ਸਵੀਡਿਸ਼ ਅਕੈਡਮੀ ਆਫ ਸਾਇੰਸਿਸ ਠੀਕ ਹੈ ਜਿਹੜਾ ਫਿਜ਼ੀਓਲੋਜੀ ਅਤੇ ਮੈਡੀਸਿਨ ਦਾ ਹੁੰਦਾ ਉਹ ਕੌਣ ਪ੍ਰਜੈਂਟ ਕਰਦਾ ਨੋਬਲ ਅਸੈਂਬਲੀ ਐਟ ਕੈਰੀਲੋਸਿੰਕਾ ਇੰਸਟੀਚਿਊਟ ਠੀਕ ਹੈ ਲਿਟਰੇਚਰ ਦਾ ਸਵੀਡਿਸ਼ ਅਕੈਡਮੀ ਠੀਕ ਹੈ ਅਤੇ ਪੀਸ ਦਾ ਨੋਰਵੇਜੀਅਨ ਨੋਬਲ ਕਮੇਟੀ ਠੀਕ ਹੈ ਇੰਨੀ ਖਾਸ ਨਹੀਂ ਬਸ ਇਹ ਤੁਸੀਂ ਯਾਦ ਰੱਖਣਾ ਜਿਹੜਾ ਪੀਸ ਦਾ ਦਿੰਦੇ ਆ ਨੋਰਵੇ ਓਸਲੋ ਦੇ ਓਸਲੋ ਨੋਰਵੇ ਠੀਕ ਹੈ ਬਾਕੀ ਸਟੋਕਹੋਮ ਸਵੀਡਨ ਠੀਕ ਹੈ ਯੰਗਸਟ ਨੋਬਲ ਲੋਰੇਟ ਕਿਹੜੇ ਨੇ ਮਲਾਲਾ ਯੂਸਫ ਠੀਕ ਹੈ 2014 'ਚ ਮਿਲਿਆ ਸੀ ਇਹਨਾਂ ਨੂੰ ਅਤੇ ਓਲਡੈਸਟ ਕਿਹੜੇ ਨੇ ਜਿਹੜੇ ਇਸ ਵਾਰ ਬਣੇ ਨੇ ਮਿਸਟਰ ਗੁੱਡ ਇਨਫ 2019 'ਚ ਠੀਕ ਹੈ ਕੈਮਿਸਟਰੀ 'ਚ ਫੋਰ ਲਿਥੀਅਮ ਆਇਨ ਬੈਟਰੀ ਮਿਲੇ ਇਹਨਾਂ ਨੂੰ 97 ਸਾਲ ਉਮਰ ਇਹਨਾਂ ਦੀ ਫੋਰ ਫਸਟ ਰਿਸੀਪੀਐਂਟ ਆਫ ਨੋਬਲ ਪ੍ਰਾਈਜ਼ ਕਿਹੜੇ ਸੀਗੇ ਠੀਕ ਹੈ 1901 'ਚ ਮਿਲਿਆ ਸੀ ਜਿਹੜਾ ਪਹਿਲੇ ਰਿਸੀਪੀਐਂਟ ਸੀਗੇ ਨਾ ਨੋਬਲ ਪ੍ਰਾਈਜ਼ ਇਹਨਾਂ ਤੋਂ 1901 'ਚ ਸੀਗੇ ਅਤੇ ਉਹਨਾਂ ਦੇ ਨਾਮ ਇਹ ਨੇ ਤੁਸੀਂ ਦੇਖ ਸਕਦੇ ਹੋ ਰੋ ਵਿਲੀਅਮ ਰੋਂਟੇਜਨ ਐਕਸਰੇ ਲਈ ਗਿਣੇ ਜਾਂਦੇ ਨੇ ਫਿਜਿਕਸ 'ਚ ਠੀਕ ਹੈ ਅਤੇ ਵੈਂਟਹੋਪ ਕੈਮਿਸਟਰੀ ਦੇ ਨੇ ਐਡੋਲਫ ਵੋਨ ਜਿਹੜੇ ਆਫ ਮੈਡੀਸਿਨ ਦੇ ਨੇ ਸੈਲੀ ਪੋਡਰਮ ਇਹ ਲਿਟਰੇਚਰ ਦੇ ਨੇ ਜੀਨ ਹੈਨਰੀ ਡੁਆਂਟ ਠੀਕ ਹੈ ਇਹ ਪੀਸ ਪ੍ਰਾਈਜ਼ ਦੇ ਨੇ ਠੀਕ ਹੈ ਇਨ 1969 ਰੈਗਨਰ ਜਿਹੜੇ ਵੀ ਨੇ ਆਰ ਦੀ ਫਸਟ ਰਿਸੀਪੀਐਂਟ ਆਫ ਨੋਬਲ ਪ੍ਰਾਈਜ਼ ਇਨ ਇਕਨੋਮਿਕ ਸਾਇੰਸਿਸ ਇਹ ਤੁਸੀਂ ਯਾਦ ਰੱਖ ਸਕਦੇ ਹੋ ਜਾਂ ਨਹੀਂ ਕੋਈ ਇੰਨਾ ਖਾਸ ਨਹੀਂ ਕਈ ਵਾਰ ਪਰ ਊਟ ਪਟਾਂਗ ਜੇ ਸਵਾਲ ਪੁੱਛ ਲੈਂਦੇ ਨੇ ਨਾ ਫਿਰ ਦੇਖਣਾ ਪੈਂਦਾ ਇਹਨਾਂ ਨੂੰ ਠੀਕ ਹੈ ਫਸਟ ਔਰਗਨਾਈਜੇਸ਼ਨ ਟੂ ਰਿਸੀਵਡ ਨੋਬਲ ਪੀਸ ਪ੍ਰਾਈਜ਼ ਇਜ਼ ਦੀ ਇੰਟਰਨੈਸ਼ਨਲ ਲੋ ਇਨ 1904 ਠੀਕ ਹੈ ਇਹ ਇੰਪੋਰਟੈਂਟ ਹੈ ਪਹਿਲਾ ਠੀਕ ਹੈ ਨੋਬਲ ਪ੍ਰਾਈਜ਼ ਕਿਹਨੂੰ ਮਿਲਿਆ ਨੋਬਲ ਪ੍ਰਾਈਜ਼ ਠੀਕ ਹੈ ਇੰਟਰਨੈਸ਼ਨਲ ਕਮੇਟਰੀ ਆਫ ਦੀ ਰੈੱਡ ਕਰੋਸ ਅਵਾਰਡ 3 ਵਾਟਰ ਟਾਈਮਸ ਠੀਕ ਹੈ ਇਹ ਵੀ ਇੰਪੋਰਟੈਂਟ ਹੈ ਵੀ 3 ਟਾਈਮ ਕਿਹਨੂੰ ਮਿਲਿਆ ਅਵਾਰਡ ਰੈੱਡ ਕਰੋਸ ਨੂੰ ਠੀਕ ਹੈ ਇਹ 1917-44-63 ਠੀਕ ਹੈ ਮੈਰੀ ਕਿਊਰੀ ਜਿਹੜੀ ਫਸਟ ਵੂਮੈਨ ਹੈ ਠੀਕ ਹੈ ਇਹਨਾਂ ਨੂੰ ਪੀਸ ਪ੍ਰਾਈਜ਼ ਮਿਲਿਆ ਸੀ 1903 'ਚ ਇਹ ਵੀ ਇੰਪੋਰਟੈਂਟ ਹੈ ਠੀਕ ਹੈ ਓਨਲੀ ਵਨ ਵੂਮੈਨ ਠੀਕ ਹੈ ਹੈਜ਼ ਬੀਨ ਓਨਰ ਟਵਾਈਸ ਇਹ ਕਿਹੜੇ ਨੇ ਮੈਰੀ ਕਿਊਰੀ ਤੁਹਾਨੂੰ ਦੱਸਿਆ 1903 ਅਤੇ 1911 ਫਿਜ਼ਿਕਸ ਅਤੇ ਕਮਿਸਟਰੀ 'ਚ ਠੀਕ ਹੈ ਮੈਰੀ ਕਿਊਰੀ ਇਜ਼ ਦੀ ਓਨਲੀ ਪਰਸਨ ਟੂ ਵਿਨ ਇਟ ਪ੍ਰਾਈਜ਼ ਇਨ ਟੂ ਡਿਫਰੈਂਟ ਸਾਇੰਸਿਸ ਇਹ ਵੀ ਹੋ ਗਿਆ ਕਿਊਰੀ ਫੈਮਿਲੀ ਹੈਜ਼ ਰਿਸੀਵਡ ਮੋਸਟ ਪ੍ਰਾਈਜ਼ ਜਿਹੜੀ ਕਿਊਰੀ ਦੀ ਫੈਮਿਲੀ ਹੈ ਨਾ ਉਹਨਾਂ ਨੂੰ ਸਭ ਤੋਂ ਜ਼ਿਆਦਾ ਪ੍ਰਾਈਜ਼ ਮਿਲੇ ਨੇ ਠੀਕ ਹੈ ਜ਼ਿਆਦਾਤਰ ਰੇਡੀਓ ਐਕਟਿਵ ਵਿੱਚ ਹੀ ਡੀਲ ਕਰਦੇ ਸੀਗੇ 4 ਪੀਪਲ ਹੈਵ ਰਿਸੀਵ 2 ਨੋਬਲ ਪ੍ਰਾਈਜ਼ ਠੀਕ ਹੈ 2 ਨੋਬਲ ਪ੍ਰਾਈਜ਼ ਮਿਲੇ ਨੇ ਉਹ ਕਿਹੜੇ ਕਿਹੜੇ ਨੇ ਠੀਕ ਹੈ ਇਹ ਵੀ ਮੈਂ ਕਹਿੰਦਾ ਇੰਪੋਰਟੈਂਟ ਕੁਸ਼ਚਨ ਬਣ ਸਕਦਾ ਜੇ ਪੇਪਰ 'ਚ ਪੁੱਛਣ ਮੈਰੀ ਕਿਊਰੀ ਲਿਨਸ ਪੋਲਿੰਗ ਜੌਨ ਬੈਡਲਿਨ ਫਰੈਡਰਿਕ ਸੈਂਗਰ ਠੀਕ ਹੈ ਟਿਲ ਨਾਓ 2 ਪੀਪਲ ਡਿਕਲਾਈਨ ਨੋਬਲ ਪ੍ਰਾਈਜ਼ ਕਿਹੜੇ ਕਿਹਨਾਂ ਨੇ ਡਿਕਲਾਈਨ ਕੀਤਾ ਫਸਟ ਨੋਬਲ ਪ੍ਰਾਈਜ਼ ਟੂ ਵੀ ਡਿਕਲਾਈਨਡ ਜੈਨ ਪੋਲ ਸਟ੍ਰੈਨ ਇਨ 1964 ਲਿਟਰੇਚਰ ਠੀਕ ਹੈ ਉਹਨਾਂ ਤੋਂ ਜਿਹੜੇ ਪਹਿਲੇ ਨੇ ਉਹ ਇਹ ਨੇ ਠੀਕ ਹੈ ਫਸਟ ਨੋਬਲ ਲੋਰੇਟਸ ਟੂ ਬੀ ਅਵਾਰਡਡ ਅੰਡਰ ਅਰੈਸਟ ਬੰਦੀ ਸੀਗੇ ਉਹਨਾਂ ਨੂੰ ਅਵਾਰਡ ਮਿਲਿਆ ਉਹ ਕਿਹੜੇ ਨੇ ਕਾਰਲ ਵੋਨ ਠੀਕ ਹੈ ਜਰਮਨੀ ਦੇ ਨੇ ਠੀਕ ਹੈ ਨੋਬਲ ਪ੍ਰਾਈਜ਼ ਹੈਜ਼ ਬੀਨ ਅਵਾਰਡਡ ਪੋਸਟਹਿਊਮਸਲੀ ਟਵਾਈਸ ਐਕਸੈਪਸ਼ਨ ਹੈ ਇਹ ਠੀਕ ਹੈ ਤਾਂ ਇਹਨਾਂ ਦੇ ਨਾਮ ਇਹ ਨੇ ਠੀਕ ਹੈ ਇਹ ਮੈਂ ਤੁਹਾਨੂੰ ਤਾਂ ਲਿਖਤੇ ਤੁਸੀਂ ਤੁਹਾਡੀ ਮਰਜ਼ੀ ਹੈ ਬਈ ਤੁਸੀਂ ਆਪਣਾ ਕਰ ਲੈਣਾ ਹੋਵੇ ਤੁਸੀਂ ਕਹੋ ਵੀ ਸਾਨੂੰ ਮਟੀਰੀਅਲ ਨਹੀਂ ਮਿਲਿਆ ਜਾਂ ਕੋਈ ਫਲਾਣਾ ਠੀਕ ਹੈ ਮੈਂ ਸਭ ਕੁਝ ਪ੍ਰੋਵਾਈਡ ਕਰਤਾ ਪਰ ਜਿਹੜੀ ਇੰਪੋਰਟੈਂਟ ਚੀਜ਼ਾਂ ਸੀ ਉਹ ਮੈਂ ਹਾਈਲਾਈਟ ਕਰ ਚੁੱਕਾ ਠੀਕ ਹੈ ਇਹ ਇਹਨੂੰ ਵੀ ਹਾਈਲਾਈਟ ਕਰ ਦੇਣਾ ਟਵਾਈਸ ਵਾਲੇ ਨੂੰ ਮੈਰੀ ਕਿਊਰੀ ਨੂੰ ਐਨਾ ਹੋਵੇ ਤੁਸੀਂ ਕਹੋ ਨਹੀਂ ਕੀ ਹੈ ਠੀਕ ਹੈ ਇਹ ਹੋ ਗਿਆ ਫਿਰ ਆਪਣਾ ਆ ਗਿਆ ਬਾਕੀ ਉਹ ਸੇਮ ਹੀ ਹੈ ਠੀਕ ਹੈ ਇਸ ਨਾਲ ਹੀ ਆਪਣੀ ਵੀਡੀਓ ਕੰਪਲੀਟ ਹੁੰਦੀ ਹੈ ਠੀਕ ਹੈ ਬਾਕੀ ਜਿਵੇਂ ਹਰ ਵਾਰ ਬੋਲਦੇ ਹਾਂ ਠੀਕ ਹੈ ਨੀਚੇ ਡਿਸਕ੍ਰਿਪਸ਼ਨ 'ਚ ਲਿੰਕ ਦੇਖ ਲਈਓ ਠੀਕ ਹੈ ਰਜਿਸਟਰ ਕਰ ਦਿਓ ਜਿੱਥੇ ਤੁਹਾਡਾ ਮਨ ਕੀਤਾ ਰਜਿਸਟਰ ਕਰੋਗੇ ਤਾਂ ਫਾਇਦਾ ਹੋਊਗਾ ਠੀਕ ਹੈ ਜੇ ਕੋਈ ਗਰੁੱਪ ਹੈ ਫੇਸਬੁੱਕ ਟੈਲੀਗ੍ਰਾਮ ਵਟਸਐਪ ਕੁਛ ਵੀ ਹੈ ਜੁਆਇਨ ਕਰ ਲਿਓ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਠੀਕ ਹੈ ਅਤੇ ਮਿਹਨਤ ਨਾਲ ਇਹਨੂੰ ਇੱਕ ਦੋ ਵਾਰੀ ਵੀਡੀਓ ਨੂੰ ਦੇਖ ਲਿਓ ਠੀਕ ਹੈ ਅਤੇ ਨੋਟਸ ਬਣਾ ਲਿਓ